हेलो गाइस, की हाल चाल आगे नवे व्लॉग दे नाल। चुप कर बे कुत्ते। हाँ जी गाइस, आई होप तुसी सारे वधिया होवोंगे ते अपने घर च बैठे मौज ला रहे होवोंगे। मैं परसों चौथ पाया सीगा, हमें इंस्टा स्टोरी ते अपनी एक पोल पाया सी जिहदे च लिखिया सी हमें वीडियो केड़ी आवे पोल। अरे कहना क्या चाहते हो, मतलब कि डेली रूटीन व्लॉग वाली आवे या चैलेंज वीडियो आवे। बहुत सारे जन ने मैसेज किया हमें भी अपनी डेली रूटीन व्लॉग लेके आओ। चल झूठा। तो अज असीं आ चुके अपने डेली रूटीन व्लॉग दे नाल। ਤੁਸੀਂ ਦੇਖ ਸਕਦੇ ਹੋ ਮੈਂ ਖੜਾ ਸਕੂਲ ਦੀ ਡਰੈਸ ਦੇ ਵਿੱਚ, ਅਤੇ ਹੁਣ ਅਸੀਂ ਚੱਲਣਾ ਸਭ ਤੋਂ ਪਹਿਲਾਂ ਸਕੂਲ, ਅਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਸਕੂਲ ਜਾਣ ਤੋਂ ਬਾਅਦ। ਅਤੇ ਜਿਹੜਾ ਜਿਹੜੇ ਮੁੰਡੇ ਨਾਲ ਸਕੂਲ ਚੱਲੇ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ, ਉਹਨਾਂ ਨਾਲ ਵੀ ਮਿਲਾਵਾਂਗੇ। ਆਇਓ ਚਲੀਏ। ਅਰੇ ਗਾਇਸ, ਦੋ ਨਮੂਨੇ। ਹੈਲੋ ਘਰ ਵਾਲਾ। ਹੈਲੋ। ਹਾਂਜੀ ਗਾਇਸ, ਅਸੀਂ ਨਿਕਲ ਚੁੱਕੇ ਸਕੂਲ ਵਾਸਤੇ, ਅਤੇ ਤੁਸੀਂ ਦੇਖ ਸਕਦੇ ਹੋ ਅਸੀਂ ਜਾ ਰਹੇ ਸਕੂਲ, ਅਤੇ ਜਿਹਨਾਂ ਜਿਹਨਾਂ ਨਾਲ ਜਾ ਰਿਹਾ ਉਹਨਾਂ ਨੂੰ ਵੀ ਤੁਹਾਨੂੰ ਮਿਲਾਉਂਦੇ ਹਾਂ। ਕਿਹਨੇ? ਇਹ ਹੈਗੇ ਨੇ ਜਤਿਨ, ਇਹ ਅਸੀਂ ਚੱਲੇ ਪਹਿਲਾਂ ਕਰਨ ਦੇ ਕੋਲ, ਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ। ਹਾਂਜੀ ਗਾਇਸ, ਅਸੀਂ ਫੋਨ ਚੁੱਕਿਆ ਕਰਨ ਦੇ ਘਰ ਦੇ। ਉਹ ਦੇਖ ਸਕਦੇ ਹੋ ਤੁਸੀਂ ਦੋ ਨਮੂਨੇ, ਇੱਕ ਕਰਨ ਇੱਕ ਉਹਦਾ ਭਰਾ, ਦੋਨੋਂ ਪਾਗਲ, ਦੋਵੇਂ ਮਲੰਗ। ਗਜਬ ਬੇਇੱਜ਼ਤੀ ਹੈ। ਕਰਨ ਹੈਲੋ ਕਰਦੇ ਪਹਿਲਾਂ ਸਾਰਿਆਂ ਨੂੰ। ਹਾਂਜੀ ਗਾਇਸ, ਤੁਸੀਂ ਦੇਖ ਸਕਦੇ ਅਸੀਂ ਸਾਰੇ ਚੱਲੇ ਇਕੱਠੇ ਸਕੂਲ, ਅਤੇ ਹੁਣ ਅਸੀਂ ਤੁਹਾਨੂੰ ਮਿਲਦੇ ਹਾਂ ਸਕੂਲੋਂ ਫ੍ਰੀ ਹੋਣ ਤੋਂ ਬਾਅਦ, ਅਤੇ ਤੁਹਾਨੂੰ ਅੱਗੇ ਦਾ ਦਿਖਾਵਾਂਗੇ ਅਸੀਂ ਸਾਰੇ ਦਿਨ 'ਚ ਕੀ ਕਰਦੇ ਹਾਂ, ਠੀਕ ਆ ਜੀ? ਸਕੂਲ 'ਚ ਜਾਂ। ਹਾਂਜੀ ਗਾਇਸ, ਹੁਣ ਅਸੀਂ ਪਹੁੰਚ ਗਏ ਸਕੂਲ, ਅਤੇ ਰਿਸੈਸ ਹੋ ਚੁੱਕੀ ਹੈ ਸਕੂਲ ਦੀ। ਆਹ ਸਾਡੇ ਨਾਲ ਨੇ, ਇਹ ਤੁਸੀਂ ਦੇਖਿਆ ਜਿਵੇਂ ਸਾਡੀ ਸੀ। ਕੰਟਰੋਲ ਬਸ ਦਿਖਾਉਣਾ ਪੈਂਦਾ, ਬਚ ਕੇ ਚਲਾਉਣਾ ਪੈਂਦਾ। ਹੈਲੋ ਕਰਦੇ ਪਹਿਲਾਂ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਮੈਨੂੰ ਫੋਲੋ ਕਰ ਲਓ, ਮੈਨੂੰ ਵੀ ਫੋਲੋ ਕਰੋ, ਫੋਨ ਚਲਾਵਾਂਗੇ। ਹਾਂਜੀ ਗਾਇਸ, ਅਤੇ ਹੁਣ ਪ੍ਰੋਸੈਸ ਹੋ ਚੁੱਕੀ ਹੈ, ਤੁਸੀਂ ਦੇਖਿਆ ਪਹਿਲਾਂ ਅਸੀਂ ਖਾਣਾ ਖਾਂਦੇ ਪਏ ਸੀ, ਅਤੇ ਹੁਣ ਮੈਂ ਆ ਗਿਆ ਆਪਣੀ ਕਲਾਸ ਦੇ ਵਿੱਚ। ਇਹ ਮੇਰੀ ਸਾਰੀ ਕਲਾਸ ਹੈ, ਇਹ ਮੁੰਡਾ। ਹੈਲੋ ਕਰਦੇ ਪਹਿਲਾਂ ਸਾਰਿਆਂ ਨੂੰ, ਅਤੇ ਉਹ ਵੀ ਦੇਖੋ ਪਿੱਛੇ ਗਾਇਸ ਸਾਰੇ ਫੋਨ ਚਲਾਉਂਦੇ ਪਏ ਨੇ। ਇਹ ਆਪਣੀ ਕਲਾਸ ਹੈ, ਨਿਆਣੇ ਅੱਜ ਬਹੁਤ ਘੱਟ ਆਏ ਆ, ਅਤੇ ਇਹ ਵੀ ਫੋਨ ਚਲਾ ਰਿਹਾ, ਉਹ ਵੀ ਫੋਨ ਚਲਾ ਰਿਹਾ, ਸਾਰੇ ਫੋਨ ਚਲਾ ਰਿਹਾ। ਗਾਇਸ, ਤੁਹਾਨੂੰ ਮਿਲ ਜਾ ਛੁੱਟੀ ਹੋਣ ਤੋਂ ਬਾਅਦ, ਠੀਕ ਹੈ ਜੀ? ਐਕਸੈਸ ਹੋਈ ਆ, ਤੁਹਾਨੂੰ ਮਿਲਾਂਗੇ ਛੁੱਟੀ ਹੋਣ ਤੋਂ ਬਾਅਦ, ਬਾਕੀ ਤੁਹਾਨੂੰ ਅੱਗੇ ਦਿਖਾਵਾਂਗੇ, ਠੀਕ ਹੈ ਜੀ? ਚੰਗਾ। ਹਾਂਜੀ ਗਾਇਸ, ਅਤੇ ਸਕੂਲੋਂ ਛੁੱਟੀ ਹੋ ਚੁੱਕੀ, ਅਸੀਂ ਨਿਕਲ ਗਏ ਹਾਂ, ਹੁਣ ਚੱਲੇ ਅਸੀਂ ਘਰੇ, ਹੈ ਨਾ? ਅਤੇ ਅਸੀਂ ਬਹੁਤ ਤੰਗ ਹੋਏ ਸਕੂਲੇ, ਇਹਦਾ ਫੋਨ ਫੜਿਆ ਗਿਆ ਸਕੂਲੇ। ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ, ਬਹੁਤ ਮੁਸ਼ਕਲ ਦਿੱਤਾ ਸਾਨੂੰ, 40,000 ਦਾ ਫੋਨ ਹੈ ਐਪਲ ਦਾ, ਅਤੇ ਸਰ ਕਹਿੰਦਾ ਮੈਂ ਰੱਖ ਲੈਂਦਾ। ਇਹ ਬੜੀਆਂ ਮਾਫੀਆਂ ਮੰਗ ਮੰਗ ਕੇ ਫੋਨ ਲੈ ਕੇ ਆਇਆ ਸਕੂਲੋਂ, ਅਤੇ ਅਸੀਂ ਚੱਲੇ ਹੁਣ ਘਰੇ, ਅਤੇ ਤੁਹਾਨੂੰ ਅੱਗੇ ਦਾ ਦਿਖਾਵਾਂਗੇ ਵੀ ਅੱਗੇ ਕੀ ਹੋ ਰਿਹਾ, ਅਤੇ ਚੰਗਾ ਜੀ। ਹਾਂਜੀ ਗਾਇਸ, ਅਸੀਂ ਸਕੂਲੋਂ ਹੋ ਚੁੱਕੇ ਹਾਂ ਫ੍ਰੀ, ਅਤੇ ਅਸੀਂ ਪਹੁੰਚ ਗਏ ਘਰੇ, ਅਤੇ ਸਕੂਲ ਦਾ ਤੁਸੀਂ ਸਾਰਾ ਦੇਖ ਲਿਆ, ਅਤੇ ਹੁਣ ਤੁਹਾਨੂੰ ਅੱਗੇ ਦਾ ਵੀ ਦਿਖਾਵਾਂਗੇ, ਦੁਕਾਨ ਦਾ ਵੀ ਦਿਖਾਵਾਂਗੇ, ਜਿੱਥੇ ਮੈਂ ਦੁਕਾਨ 'ਤੇ ਜਾਣਾ ਤੁਹਾਨੂੰ ਵੀ ਸਾਰਾ ਦਿਖਾਵਾਂਗੇ, ਅਤੇ ਹੁਣ ਤੁਹਾਨੂੰ ਮਿਲਦੇ ਅਸੀਂ ਖਾਣਾ ਖਾਣ ਕੇ ਤਿਆਰ ਹੋ ਕੇ, ਫਿਰ ਤੁਹਾਨੂੰ ਮਿਲਦੇ ਹਾਂ, ਸਾਰਾ ਦਿਖਾਵਾਂਗੇ ਅੱਗੇ ਦੁਕਾਨ ਦਾ, ਠੀਕ ਹੈ ਜੀ? ਬਸ ਬਣੇ ਰਹੋ ਨਾਲ, ਚੰਗਾ। ਹਾਂਜੀ ਗਾਇਸ, ਅਤੇ ਅਸੀਂ ਹੋ ਚੁੱਕੇ ਹਾਂ ਤਿਆਰ, ਅਤੇ ਹੁਣ ਅਸੀਂ ਚੱਲੇ ਹਾਂ ਸ਼ੋਪ 'ਤੇ, ਸ਼ੋਪ ਕਿਹੜੀ ਹੈ ਉਹ ਵੀ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ, ਅਤੇ ਸ਼ੋਪ 'ਤੇ ਕੀ ਕੀ ਹੁੰਦਾ ਉਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ, ਹਮੇ ਅਸੀਂ ਕਿੱਥੇ ਜਾਂਦੇ ਹਾਂ, ਕਿੱਥੇ ਕੀ ਕਰਦੇ ਹਾਂ, ਅਤੇ ਸਾਰਾ ਬਣੇ ਰਹੋ ਨਾਲ ਬਸ ਮੇਰੇ, ਅਤੇ ਹੁਣ ਅਸੀਂ ਚੱਲੇ ਹਾਂ ਸ਼ੋਪ 'ਤੇ, ਆਓ ਚੱਲੀਏ। ਹਾਂਜੀ ਗਾਇਸ, ਅਤੇ ਦੇਖੋ ਇਹ ਹੈ ਮੇਰਾ ਯਾਮਾ, ਅਤੇ ਅਸੀਂ ਚੱਲੇ ਹਾਂ ਸ਼ੋਪ 'ਤੇ। ਗਾਇਸ, ਮੈਂ ਪਹੁੰਚ ਚੁੱਕਾ ਹਾਂ ਸ਼ੋਪ 'ਤੇ, ਜਿਵੇਂ ਤੁਹਾਨੂੰ ਕਿਹਾ ਸੀ ਮੈਂ ਸ਼ੋਪ 'ਤੇ ਜਾ ਕੇ ਮਿਲਦਾ, ਮੈਂ ਆ ਗਿਆ ਸ਼ੋਪ 'ਤੇ, ਅਤੇ ਤੁਹਾਨੂੰ ਆਪਣੀ ਸ਼ੋਪ ਦਿਖਾ ਦਈਏ ਕਿਸ ਚੀਜ਼ ਦੀ ਸ਼ੋਪ ਹੈ, ਆ ਜਾਓ। ਬਸ ਇਹ ਦੇਖੋ, ਇਹ ਹੈ ਮੇਰੀ ਮੈਡੀਕਲ ਦੀ ਸ਼ੋਪ, ਮੇਰੀ ਨਹੀਂ ਮਤਲਬ, ਅਰੇ ਕਹਿਣਾ ਕਿਆ ਚਾਹਤੇ ਹੋ, ਮਤਲਬ ਜਿੱਥੇ ਮੈਂ ਸਕੂਲ ਤੋਂ ਬਾਅਦ ਆਉਂਦਾ, ਇਹ ਮੈਡੀਕਲ ਦੀ ਸ਼ੋਪ ਹੈ, ਅਤੇ ਇੱਥੋਂ ਫ੍ਰੀ ਹੋ ਕੇ ਹੁਣ ਤੁਹਾਨੂੰ ਅਸੀਂ ਰਾਤੀ ਮਿਲਾਂਗੇ, ਬਾਕੀ ਜੇ ਹੁਣ ਇੱਥੇ ਕੋਈ ਕੰਮ ਹੋਇਆ ਤੁਹਾਨੂੰ ਦਿਖਾਵਾਂਗੇ, ਮਾਰਕੀਟ ਜਾਣਾ ਕਿ ਨਹੀਂ ਜਾਣਾ, ਮਾਰਕੀਟ ਦਾ ਵੀ ਬਹੁਤ ਕੰਮ ਹੁੰਦਾ ਵਾ, ਅਤੇ ਵੈਸੇ ਤਾਂ ਪਿੰਡੀ ਗਲੀ ਮੇਨ ਮਾਰਕੀਟ ਆ ਦਵਾਈਆਂ ਦੀ, ਉੱਥੇ ਲੈ ਕੇ ਆਉਂਦੇ ਹੁੰਦੇ ਸਾਰੀ ਦਵਾਈਆਂ, ਅਸੀਂ ਉੱਥੇ ਜਾਈਏ ਸਾਰਾ ਸਮਾਨ ਖਰੀਦਣ ਦਵਾਈਆਂ ਦਾ, ਅਤੇ ਅੱਜ ਦਿਖਾਵਾਂਗੇ ਜੇ ਕੋਈ ਕੰਮ ਹੋਇਆ ਮੈਡੀਕਲ ਉਹਦਾ ਬਾਜ਼ਾਰ ਦਾ, ਜਾਵਾਂਗੇ ਨਹੀਂ ਤਾਂ ਨਹੀਂ ਜਾਵਾਂਗੇ,
ਕੱਲ ਗਏ ਸੀ ਅਸੀਂ ਵੈਸੇ ਇੱਕ ਦਿਨ ਬਾਹਰ ਚਾਹੀਦਾ ਹੁੰਦਾ ਉਹਦਾ 'ਚ ਜਾਵਾਂਗੇ ਤੁਹਾਨੂੰ ਸਾਰਾ ਦਿਖਾਵਾਂਗੇ ਨਹੀਂ ਤਾਂ ਫਿਰ ਨਹੀਂ ਦਿਖਾਵਾਂਗੇ ਉਹ ਵੇਲੇ ਵਲੋਗ 'ਚ ਦਿਖਾਵਾਂਗੇ ਠੀਕ ਆ ਚੰਗਾ ਜੀ ਹਾਂਜੀ ਗਾਇਸ ਤਾਂ ਅਸੀਂ ਫ੍ਰੀ ਹੋ ਚੁੱਕੇ ਹਾਂ ਹੁਣ ਸ਼ੋਪ ਤੋਂ ਅਤੇ ਅਸੀਂ ਚੱਲੇ ਹਾਂ ਹੁਣ ਘਰ ਅਤੇ ਬਾਕੀ ਤੁਸੀਂ ਸਾਰਾ ਇਹਦਾ ਡੇਲੀ ਰੂਟੀਨ ਮੇਰਾ ਦੇਖ ਹੀ ਲਿਆ ਕੀ ਹੁੰਦਾ ਵਾ ਅੱਜ ਬਾਜ਼ਾਰ ਦਾ ਕੰਮ ਨਹੀਂ ਸੀਗਾ ਸੋ ਤਾਂ ਕਰਕੇ ਤੁਹਾਨੂੰ ਬਾਜ਼ਾਰ ਦਾ ਕੰਮ ਨਹੀਂ ਦਿਖਾਇਆ ਚੀਟਿੰਗ ਕਰਤਾ ਹੈ ਤੂੰ ਚੀਟਿੰਗ ਕਰਤਾ ਹੈ ਤੂੰ ਬਾਜ਼ਾਰ ਚਲੋ ਅਗਲੇ ਵਲੋਗ 'ਚ ਦਿਖਾ ਦਾਂਗੇ ਤੁਹਾਨੂੰ ਗਾਇਸ ਤਾਂ ਅਸੀਂ ਆ ਚੁੱਕੇ ਹਾਂ ਘਰ ਅਤੇ ਘਰੋਂ ਨਿਕਲ ਕੇ ਅਸੀਂ ਹੁਣ ਆਏ ਹਾਂ ਇੱਥੇ ਢਾਬੇ 'ਤੇ ਰੋਟੀ ਲੈਣ ਅਤੇ ਰੋਟੀ ਲੈਣ ਤੋਂ ਬਾਅਦ ਅਸੀਂ ਘਰ ਜਾ ਕੇ ਖਾਵਾਂਗੇ ਅਤੇ ਸੋ ਜਾਵਾਂਗੇ ਬਸ ਇਹੀ ਹੈ ਇਹਦਾ ਡੇਲੀ ਰੂਟੀਨ ਸਾਡਾ ਸਕੂਲ ਜਾਈਦਾ ਸਕੂਲੋਂ ਆਈਦਾ ਫਿਰ ਦੁਕਾਨ 'ਤੇ ਜਾਈਦਾ ਫਿਰ ਦੁਕਾਨੋਂ ਆਈਦਾ ਦੁਕਾਨ ਤੋਂ ਆ ਕੇ ਖਾ ਪੀ ਕੇ ਸੋ ਜਾਈਦਾ ਠੀਕ ਹੈ ਅਤੇ ਵਲੋਗ ਅਸੀਂ ਇੱਥੇ ਐਂਡ ਕਰਦੇ ਹਾਂ ਇਸੀ ਕੇ ਸਾਥ ਆਜ ਕੀ ਮਜ਼ਦੂਰੀ ਯਹੀਂ ਖਤਮ ਕਰਤੇ ਹੈ ਅਗਰ ਤੁਮੇ ਵੀਡੀਓ ਪਸੰਦ ਆਈ ਤੋ ਲਾਈਕ ਮਾਰੋ ਯਾਰ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ ਵੋ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਠੱਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੁਝੇ ਨਹੀਂ ਪਤਾ ਬਸ ਕਲਿੱਕ ਹੋ ਜਾਏ ਤੁਹਾਨੂੰ ਵਲੋਗ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਤੇ ਨਵੀਂ ਵੀਡੀਓ ਜਲਦੀ ਆਉਣ ਵਾਲੀ ਹੈ ਭੁੱਲਿਓ ਨਾ ਲਾਈਕ ਸ਼ੇਅਰ ਕਮੈਂਟ ਕਰਨਾ ਠੀਕ ਹੈ ਚੰਗਾ ਜੀ ਅਗਲੀ ਵਾਰੀ